ਪੰਜਾਬ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨਸ਼ੇ ਨੂੰ ਰੋਕਣ ਦੇ ਮਾਮਲੇ 'ਚ ਨਾਕਾਮ ਨਜ਼ਰ ਆਈ ਹੈ। ਆਏ ਦਿਨ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। ਹੁਣ ਇਸ ਦੇ ਚੱਲਦੇ ਪੰਜਾਬ 'ਚ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਮਾਮਲੇ ਦੇ ਸੰਬੰਧ ਵਿੱਚ ਸੀਐਮ ਨਾਲ ਗੱਲ ਕਰਾਂਗਾ ਅਤੇ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਸਖ਼ਤ ਕਦਮ ਉਠਾਉਣ ਦੀ ਮੰਗ ਕਰਾਂਗਾ। ਇਹ ਦਾਅਵਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿੱਚ ਕੀਤਾ। ਉਹ ਮਾਸਟਰ ਤਾਰਾ ਸਿੰਘ ਦੇ ਜਨਮ ਦਿਵਸ ਦੇ ਮੌਕੇ 'ਤੇ ਆਯੋਜਿਤ ਰਾਜ ਪੱਧਰ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚੇ ਸਨ ਅਤੇ ਉਸਦੇ ਬਾਅਦ ਪੱਤਰਕਾਰਾਂ ਦੇ ਨਾਲ ਉਹਨਾਂ ਨੇ ਵਾਰਤਾਲਾਪ ਕੀਤੀ। ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਸੰਬੰਧੀ ਹੋਰ ਕੀ ਕਿਹਾ, ਸੁਣੋ ਤੁਸੀਂ ਵੀ। ਕੋਈ ਸ਼ਖਸੀਅਤ ਨਹੀਂ, ਇੱਕ ਸੰਸਥਾ ਨੇ, ਇੱਕ ਚਾਨਣ ਮਨਾਰੇ ਨੇ, ਪ੍ਰੇਰਣਾ ਦੇ ਪ੍ਰਤੀਕ ਨੇ ਔਰ ਸਾਡੇ ਸਾਰਿਆਂ ਦੇ ਲਈ ਇੱਕ ਰੋਲ ਮਾਡਲ, ਇੱਕ ਇਗਜ਼ਾਮਪਲ ਨੇ ਕਿ ਸਾਦਾ ਜੀਵਨ ਉੱਚੀ ਸੋਚ ਦੇ ਨਾਲ ਕਿਸ ਤਰ੍ਹਾਂ ਸਮਾਜ ਦੀ ਬਿਹਤਰੀ ਦੇ ਲਈ ਕੰਮ ਕੀਤਾ ਜਾ ਸਕਦਾ ਹੈ ਔਰ ਕਿਸ ਤਰ੍ਹਾਂ ਮਰਨ ਤੋਂ ਉਪਰੰਤ ਸਾਲਾਂ ਸਾਲ ਬਾਅਦ ਪੀੜ੍ਹੀ ਦਰ ਪੀੜ੍ਹੀ ਪ੍ਰੇਰਣਾ ਦਾ ਪਾਤਰ ਬਣਿਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਪਾਰਟੀ ਕੋਈ ਚੰਗੀ ਮਾੜੀ ਨਹੀਂ, ਪਾਰਟੀ ਨੂੰ ਚਲਾਉਣ ਵਾਲੇ ਲੋਕ ਚੰਗੇ ਜਾਂ ਮਾੜੇ ਹੁੰਦੇ ਆ। ਉਸ ਸਮੇਂ ਜਦੋਂ ਅਕਾਲੀ ਦਲ ਇੱਕ ਪਵਿੱਤਰ ਜਮਾਤ ਸੀ, ਜਦੋਂ ਮਾਸਟਰ ਤਾਰਾ ਸਿੰਘ ਵਰਗੇ ਲੀਡਰ ਅੱਗੋਂ ਲੀਡਿੰਗ ਫਰੋਮ ਦੀ ਫਰੰਟ ਉਦਾਹਰਨ ਬਣ ਕੇ ਲੀਡ ਕਰਦੇ ਸੀ, ਫਿਰਮਾਨ ਸਾਹਿਬ ਵਰਗੇ ਬੰਦੇ, ਚੁਬਾਲ ਸਾਹਿਬ ਵਰਗੇ ਬੰਦੇ, ਯਾਨੀ ਕਿਰਪਾਲ ਸਿੰਘ ਵਰਗੇ ਬੰਦੇ, ਉਹਨਾਂ ਕੋਲ ਕਿਹੜੀ ਸੰਪਤੀ ਸੀ? ਉਹਨਾਂ ਦੀ ਸੰਪਤੀ ਸੀ ਲੋਕਾਂ ਦਾ ਪਿਆਰ ਔਰ ਵਿਸ਼ਵਾਸ। ਲੋਕ ਉਹਨਾਂ 'ਤੇ ਵਿਸ਼ਵਾਸ ਕਰਦੇ ਸੀ, ਉਹਨਾਂ ਦੇ ਮਗਰ ਚੱਲਦੇ ਸੀ, ਲੋਕ ਜਾਨਾਂ ਕੁਰਬਾਨ ਕਰਨ ਲਈ ਵੀ ਤਿਆਰ ਰਹਿੰਦੇ ਸੀ। ਲੇਕਿਨ ਉਹ ਅਕਾਲੀ ਦਲ ਜਿਹੜਾ ਪਵਿੱਤਰ ਜਮਾਤ ਸੀ, ਅੱਜ ਚੰਦ ਬੰਦਿਆਂ ਦੀ ਜਦਾਦ ਬਣ ਕੇ ਰਹਿ ਗਿਆ। ਫਰਕ ਦੇਖੋ, ਉਹਨਾਂ 'ਤੇ ਵਿਸ਼ਵਾਸ ਸੀ ਅਤੇ ਇੱਥੇ ਵਿਨਾਸ਼ ਹੈ। ਇਸ ਕਰਕੇ ਇਸ ਫਰਕ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਦਰਜਾ ਮਾਸਟਰ ਤਾਰਾ ਸਿੰਘ ਨੂੰ ਦਿੱਤਾ, ਉਦੋਂ ਵੀ ਉੱਚਾ ਉਹਨਾਂ ਦਾ। ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਆਦੇਸ਼ ਦੇ ਉੱਤੇ ਜਿਹੜਾ ਪੁਲ ਬਣ ਰਿਹਾ ਨਵਾਂ ਔਰ ਰੇਲਵੇ ਸਟੇਸ਼ਨ ਨੂੰ ਜਿਹੜੀ ਸੜਕ ਜਾਂਦੀ ਹੈ, ਉੱਥੇ ਜਿਹੜਾ ਚੌਂਕ ਹੈ, ਉਸ ਚੌਂਕ ਨੂੰ ਢਾ ਕੇ ਦੁਬਾਰਾ ਬਣਾਵਾਂਗੇ। ਹੁਣ ਤਾਂ ਉਹਦਾ ਪਤਾ ਨਹੀਂ ਕੀ ਨਾਂ, ਕੋਕਾ ਕੋਲਾ, ਫੋਕਾ ਕੋਲਾ, ਪਤਾ ਨਹੀਂ ਕੀ ਹੈ, ਲੇਕਿਨ ਉਸ ਚੌਂਕ ਦਾ ਮਾਸਟਰ ਤਾਰਾ ਸਿੰਘ ਜੀ ਦੇ ਬੁੱਤ ਲੱਗਣ ਦੇ ਨਾਲ ਮਾਨ ਸਨਮਾਨ ਕਰੋੜਾਂ ਗੁਣੇ ਉੱਚਾ ਹੋ ਜਾਏਗਾ ਔਰ ਸਭ ਲੋਕ ਅਦਬ ਨਾਲ ਝੁੱਕ ਕੇ ਉੱਥੋਂ ਲੰਘਿਆ ਕਰਨਗੇ। ਉਸ ਚੌਂਕ ਦਾ ਨਾਮ ਮਾਸਟਰ ਤਾਰਾ ਸਿੰਘ ਚੌਂਕ ਪੰਜਾਬ ਸਰਕਾਰ ਵੱਲੋਂ, ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਰੱਖਿਆ ਜਾ ਚੁੱਕਿਆ।